ਇੱਕ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੁਕੱਦਸ ਅਸਥਾਨ ਸ਼੍ਰੀ ਕਰਤਾਰ ਸਾਹਿਬ ਨੂੰ ਸਿੱਖਾਂ ਦੇ ਮੱਕਾ ਮਦੀਨਾ ਵਜੋਂ ਐਲਾਨ ਰਹੇ ਨੇ, ਤਾਂ ਪਾਕਿਸਤਾਨ ਵਿੱਚ ਕੁਝ ਅਜਿਹੀਆਂ ਕੱਟੜਪੰਥੀ ਤਨਜ਼ੀਮਾਂ ਵੀ ਸਿਰ ਚੁੱਕ ਰਹੀਆਂ ਨੇ ਜੋ ਸਿੱਖਾਂ ਖਿਲਾਫ ਜ਼ਹਿਰ ਉਗਲ ਰਹੀਆਂ ਨੇ। ਮੁਸਲਿਮ ਸਿੱਖ ਏਕਤਾ ਦੇ ਉਸ ਰਹੇ ਮਾਹੌਲ ਨੂੰ ਲਾਂਬੂ ਲਗਾ ਰਹੀਆਂ ਹਨ ਅਤੇ ਪਾਕਿਸਤਾਨ ਦੀ ਫਿਜ਼ਾ ਵਿੱਚ ਜ਼ਹਿਰ ਘੋਲ ਰਹੀਆਂ ਇਹਨਾਂ ਜ਼ੁਬਾਨਾਂ ਵਿੱਚੋਂ ਇੱਕ ਨਾਮ ਇਲਾਮਾ ਖਾਦਿਮ ਹੁਸੈਨ ਦਾ ਵੀ ਹੈ। ਇਲਾਮਾ ਦੀਆਂ ਤਕਰੀਰਾਂ ਸੋਸ਼ਲ ਮੀਡੀਆ ਉੱਪਰ ਘੁੰਮ ਰਹੀਆਂ ਹਨ ਜਿਸ ਵਿੱਚ ਉਹ ਕਸ਼ਮੀਰ ਦਾ ਜ਼ਿਕਰ ਛੇੜ ਹਿੰਦੂ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਦਾਅਵੇ ਕਰ ਰਿਹਾ ਹੈ। ਗਜਨੀ ਅਤੇ ਗੌਰੀ ਦਾ ਜ਼ਿਕਰ ਛੇੜ ਇਤਿਹਾਸਿਕ ਹਵਾਲਿਆਂ ਨਾਲ ਬੇਫਜ਼ੂਲ ਦੇ ਮਾਰ ਕੇ ਮਾਰ ਰਹੇ ਇਸ ਇਲਾਮਾ ਨੂੰ ਕਿ ਸਿੱਖ ਇਤਿਹਾਸ ਦਾ ਇਲਮ ਨਹੀਂ। ਜਿਨ੍ਹਾਂ ਕਸ਼ਮੀਰ ਫਤਿਹ ਜਾ ਕੀਤਾ, ਜਿਨ੍ਹਾਂ ਕਸ਼ਮੀਰ ਫਤਿਹ ਜਾ ਕੀਤਾ ਹਿੰਦੂ ਸਿੱਖਾਂ ਨੂੰ ਮਾਰ ਮਾਰ ਖੱਲੇ, ਜਿਨ੍ਹਾਂ ਕਸ਼ਮੀਰ ਫਤਿਹ ਜਾ ਕੀਤਾ, ਉਹ ਆ ਗਿਆ ਸ਼ਾਹੀਨ ਆ ਗਿਆ ਬਾਈ। ਤੇ ਸਾਡਾ ਤਾਂ ਜਨਾਬ ਈਮਾਨ ਦੀ ਰੋਸ਼ਨੀ, ਖਾਲਿਦ ਬਿਨ ਵਲੀਦ ਦੀ ਤਲਵਾਰ ਦੀ ਛਨਕਾਰ ਵੀ ਉਹਦੇ ਵਿੱਚ ਮੌਜੂਦ, ਮਾਮੂਦ ਗਜ਼ਨਵੀ ਦਾ ਉਹਦੇ ਵਿੱਚ ਜਨਾਬ ਉਹਦਾ ਵੀ ਚਾਲ ਚਲਨ ਮੌਜੂਦ, ਸਲਾਹਉਦੀਨ ਦੀਆਂ ਦੁਆਵਾਂ ਵੀ ਮੌਜੂਦ। ਸਾਡੇ ਕੋਲ ਤਾਂ ਨੂਰ ਉਹਨਾਂ ਲਾ ਨੂਰ ਹੈ, ਗੌਰੀ ਵਿੱਚ ਨੂਰ ਭਰਿਆ ਇਸਲਾਮ ਦਾ। ਉਸ ਨੂੰ ਜੇ ਗੌਰੀ ਅਤੇ ਗਜ਼ਨੀ ਯਾਦ ਹਨ ਤਾਂ ਉਹ ਹਰੀ ਸਿੰਘ ਨਲਵਾ ਤੋਂ ਅਣਜਾਣ ਕਿਉਂ ਹੈ, ਜਿਸ ਦੇ ਬਹਾਦਰੀ ਦੇ ਕਿੱਸੇ ਕਾਬਲ ਤੋਂ ਕੰਧਾਰ ਤੱਕ ਅੱਜ ਵੀ ਗੂੰਜਦੇ ਨੇ ਅਤੇ ਪਠਾਨ ਉਸ ਦੀ ਬਹਾਦਰੀ ਤੋਂ ਥਰ ਥਰ ਕੰਬਦੇ ਸਨ। ਸਰਦਾਰ ਨਲਵਾ ਇੱਕੋ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਖੈਬਰ ਦਰੇ ਤੇ ਕਬਜ਼ਾ ਕਰਕੇ ਭਾਰਤ ਉਪ ਮਹਾਦੀਪ ਚ ਪਠਾਨ ਦਾ ਦਾਖਲਾ ਬੰਦ ਕੀਤਾ ਸੀ। ਕੀ ਇਹ ਇਲਾਮਾ ਅੱਜ ਉਸ ਇਤਿਹਾਸ ਦਾ ਵੀ ਜ਼ਿਕਰ ਕਰੇਗਾ ਜਾਂ ਇੱਕ ਤਰਫਾ ਹੋ ਬੇਤੁਕੀਆਂ ਤੇ ਬੇਬੁਨਿਆਦੀ ਗੱਲਾਂ ਦੇ ਹੀ ਬਣ ਨੂੰ ਬਣਦਾ ਰਹੇਗਾ, ਜਾਂ ਸਿਰਫ ਮੁਗਲਾਂ ਅਤੇ ਉਹਨਾਂ ਤੋਂ ਪਹਿਲਾਂ ਦੇ ਧਾੜਵੀਆਂ ਦੀ ਮੁਹਾਰ ਨਹੀਂ ਰਟ ਰਿਹਾ ਹੈ। ਇਲਾਮਾ ਅੱਜ ਇਸ ਪੀੜ੍ਹੀ ਨੂੰ ਇਸ ਇਤਿਹਾਸਿਕ ਤੱਤ ਤੋਂ ਵੀ ਜਾਣੂ ਕਰਵਾਏਗਾ ਕਿ ਅਹਿਮਦ ਸ਼ਾਹ ਅਬਦਾਲੀ ਦਾ ਮੂੰਹ ਕਿੰਨੇ ਭੰਨਿਆ ਸੀ, ਮੱਸੇ ਰੰਗੜ ਨੂੰ ਸੌਦਾ ਕਿੰਨੇ ਲਾਇਆ ਸੀ, ਇਹ ਦੱਸਣ ਦੀ ਲੋੜ ਨਹੀਂ, ਇਤਿਹਾਸ ਖੁਦ ਬੋਲਦਾ ਹੈ। ਦਿੱਲੀ ਜਿੱਤ ਕੇ ਤਖਤਾਂ ਤਾਜਾਂ ਨੂੰ ਲੱਤ ਮਾਰ ਕੇ ਛੱਡ ਆਉਣ ਵਾਲੇ ਖਾਲਸੇ ਦੀ ਬਹਾਦਰੀ ਨੂੰ ਛੋਟੀ ਕਰਕੇ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਇਸ ਇਲਾਮੇ ਦੇ ਕੁਫਰ ਤੋਲਣ ਨਾਲ ਇਤਿਹਾਸ ਬਿਲਕੁਲ ਨਹੀਂ ਬਦਲਣਾ, ਪਰ ਇਹ ਜ਼ਹਿਰੀਲੇ ਬੋਲ ਆਵਾਮ ਵਿੱਚ ਫਿਰਕਾ ਪ੍ਰਸਤੀ ਦਾ ਬੀਜ ਬੀਜ ਰਹੇ ਨੇ। ਇੱਕ ਪਾਸੇ ਜਿੱਥੇ ਕਰਤਾਰਪੁਰ ਸਾਹਿਬ ਕੋਰੀਡੋਰ ਜ਼ਰੀਏ ਪੂਰੀ ਦੁਨੀਆਂ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਇੱਕ ਸਾਰਥਿਕ ਸੁਨੇਹਾ ਗਿਆ, ਤਾਂ ਇਸ ਦਰਮਿਆਨ ਇਸ ਤਰ੍ਹਾਂ ਉਲਾਮਿਆਂ ਦਾ ਇਹ ਹੱਠ ਧਰਮੀ ਵਾਲਾ ਪ੍ਰਚਾਰ ਮਾਹੌਲ ਵਿੱਚ ਕੁੜੱਤਣ ਵਧਾ ਰਿਹਾ ਹੈ। ਇਸ ਤਰ੍ਹਾਂ ਦੇ ਫਿਰਕਾ ਪ੍ਰਸਤਾਂ ਦਾ ਹੀ ਕੀਤਾ ਤਰਿਆ ਹੈ ਕਿ ਨਨਕਾਣਾ ਸਾਹਿਬ ਵਿਖੇ ਮੁਕੱਦਸ ਅਸਥਾਨ ਉੱਪਰ ਕੋਈ ਭੜਕੀ ਭੀੜ ਹਮਲਾ ਕਰਨ ਜਾ ਪਹੁੰਚਦੀ ਹੈ ਜਾਂ ਪਾਕਿਸਤਾਨ ਵਿੱਚ ਵਸਦੀਆਂ ਘੱਟ ਗਿਣਤੀਆਂ ਹਿੰਸਕ ਹਮਲੇ ਚੱਲਦੀਆਂ ਹਨ। ਖੁਦ ਨੂੰ ਇਸਲਾਮ ਦੇ ਪੈਰੋਕਾਰ ਅਖਵਾਉਂਦੇ ਇਹ ਉਲਾਮੇ ਅਮਨ ਦੇ ਦੁਸ਼ਮਣ ਹਨ। ਮਨੁੱਖਤਾ ਨੂੰ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਬਾਰੇ ਵੀ ਕੁਫਰ ਤੋਲਣ ਤੋਂ ਨਹੀਂ ਝਿਜਕਦੇ, ਤਾਂ ਸਵਾਲ ਇੱਥੇ ਇਮਰਾਨ ਖਾਨ ਉੱਪਰ ਵੀ ਉੱਠਦੇ ਹਨ ਕਿ ਅਮਨ ਦਾ ਪੈਗਾਮ ਦੇਣ ਵਾਲੇ ਇਮਰਾਨ ਖਾਨ ਇਸ ਤਰ੍ਹਾਂ ਦੇ ਫਿਰਕਾ ਪ੍ਰਸਤਾਂ ਉੱਪਰ ਲਗਾਮ ਲਗਾਉਣ 'ਚ ਨਾਕਾਮ ਕਿਉਂ ਹਨ। ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਚਾਹੇ ਉਹ ਟੂਰਿਸਟ ਵੀਜ਼ਾ ਹੋਏ ਜਾਂ ਫਿਰ ਉਹ ਸਟੱਡੀ ਵੀਜ਼ਾ, ਕਿਸੇ ਵੀ ਕਾਰਨ ਤੋਂ, ਚਾਹੇ SOP ਜਾਂ ਫਿਰ ਤੁਹਾਡੀ ਕੋਰਸ ਦੀ ਸਿਲੈਕਸ਼ਨ ਗਲਤ ਹੋ ਗਈ ਹੈ, ਸੋ ਡੋਂਟ ਵਰੀ, ਵੀ ਹੈਵ ਬੈਸਟ ਡੈਡੀਕੇਟਿਡ ਕੈਨੇਡੀਅਨ ਟੀਮ ਫਰੋਮ ਕੈਨੇਡਾ ਜੋ ਕਿ ਤੁਹਾਨੂੰ 100% ਵੀਜ਼ਾ ਲਗਵਾਉਣ ਵਿੱਚ ਹੈਲਪ ਕਰੇਗੀ। ਦੇਰ ਇਜ਼ ਨੋ ਐਪਲੀਕੇਸ਼ਨ ਫੀ ਫਾਰ ਦਾ ਫਸਟ 100 ਸਟੂਡੈਂਟਸ ਹੂ ਆਰ ਅਪਲਾਈਂਗ ਇਨ ਦਾ ਮੰਥ ਆਫ ਜਨਵਰੀ ਐਂਡ ਫੈਬਰੀ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।